ਸਾਡੇ ਨਾਲ ਕੁਲਜਿੰਦਰ ਸਿੰਘ ਸਿੱਧੂ ਨੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਵੀ ਨੇ ਤੇ ਐਕਟਰ ਵੀ ਨੇ ਸਿੱਧੂ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਜਿਹੜੀ ਸਾਡਾ ਹੱਕ ਦੀ ਗੱਲ ਕਰ ਰਹੇ ਸੀ ਤੇ ਜਿਹੜੀ ਲੜਾਈ ਲੜ ਰਹੇ ਸੀ ਉਹਦੇ ਵਿੱਚ ਜਿੱਤ ਹਾਸਲ ਹੋਈ ਹੈ ਬੈਨ ਹਟ ਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਬਹੁਤ ਖੁਸ਼ੀ ਹੋਈ ਹੈ ਜੀ ਅਲਟੀਮੇਟਲੀ ਸੱਚ ਦੀ ਜਿੱਤ ਹੋਈ ਹੈ ਐਂਡ ਅਸੀਂ ਇਹਦੇ ਲਈ ਬਹੁਤ ਧੰਨਵਾਦੀ ਹਾਂ ਪੂਰੇ ਪੰਜਾਬੀਆਂ ਦੇ ਡੇ ਐਂਡ ਨਾਈਟ ਦੇ ਵੀ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਐਂਡ ਅਸੀਂ ਬਹੁਤ ਅੱਜ ਖੁਸ਼ ਹੈ ਸਾਡੀ ਪੂਰੀ ਟੀਮ ਕਿ ਸੁਪਰੀਮ ਕੋਰਟ ਨੇ ਅਲਟੀਮੇਟਲੀ ਸਾਨੂੰ ਇਨਸਾਫ ਦਿੱਤਾ ਹੈ ਐਂਡ ਜਿਹੜਾ ਪੰਜਾਬ ਗਵਰਨਮੈਂਟ ਦਾ ਬੈਨ ਸੀ ਉਹ ਬਿਲਕੁਲ ਗੈਰ ਜ਼ਰੂਰੀ ਸੀ ਅਤੇ ਬਾਕੀ ਸਟੇਟਸ ਨੇ ਜਿਹੜਾ ਉਹਨੂੰ ਬਲਾਈਂਡਲੀ ਫੋਲੋ ਕੀਤਾ ਸੀ ਉਹ ਸਾਰੇ ਸਟੇਟਸ ਨੂੰ ਵੀ ਸਾਰਿਆਂ ਨੂੰ ਲਈ ਅੱਗੇ ਤੋਂ ਇਹ ਇੱਕ ਸੁਪਰੀਮ ਕੋਰਟ ਨੇ ਜਿਹੜੀ ਸਾਨੂੰ ਰਾਹਤ ਦਿੱਤੀ ਉਹ ਇਹਨਾਂ ਸਾਰਿਆਂ ਲਈ ਲੈਸਨ ਹੈ ਕਿ ਕਿਸੇ ਵੀ ਚੀਜ਼ ਨੂੰ ਬਲਾਈਂਡਲੀ ਨਹੀਂ ਫੋਲੋ ਕਰਨਾ ਚਾਹੀਦਾ ਇੱਕ ਬਿਊਰੋਕਰੈਟਸ ਦੀ ਬਣਾਈ ਹੋਈ ਕਮੇਟੀ ਦੇ ਬੇਸ ਤੇ ਇੱਕ ਮੂਵੀ ਨੂੰ ਇਹਨਾਂ ਨੇ ਜਿਹੜਾ ਬੈਨ ਕੀਤਾ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਕੈਰੀਅਰ ਜੁੜਿਆ ਸੀ ਇਹ ਖਾਸ ਤੌਰ ਤੇ ਇਸ ਮੂਵੀ ਨਾਲ ਤਾਂ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕਿਉਂਕਿ ਪੰਜਾਬ ਦੇ ਦੁਕਾਨ ਤੇ ਆਧਾਰਿਤ ਇਹ ਫਿਲਮ ਹੈ ਸੋ ਸੈਂਸਰ ਬੋਰਡ ਨੇ ਸਿਰਫ ਆਪਣਾ ਜਿਹੜਾ ਸਾਨੂੰ ਯੂਥ ਸਰਟੀਫਿਕੇਟ ਇਸ਼ੂ ਕੀਤਾ ਸੀ ਉਹਦੇ ਉੱਤੇ ਹੀ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ ਸੀ ਉਹਨੇ ਇਤਰਾਜ਼ ਕੀਤਾ ਕਿ ਉਹਨਾਂ ਦਾ ਕਹਿਣਾ ਸੀ ਕਿ ਇਸ ਫਿਲਮ ਨੂੰ ਯੂਥ ਸਰਟੀਫਿਕੇਟ ਨਹੀਂ ਮਿਲਣਾ ਚਾਹੀਦਾ ਇਹਨੂੰ UA ਜਾਂ A ਸਰਟੀਫਿਕੇਟ ਦੇਣਾ ਚਾਹੀਦਾ ਸੋ ਵੀ ਵਰ ਰੈਡੀ ਕਿ ਕੋਈ ਵੀ ਸਰਟੀਫਿਕੇਟ ਦਿਓ ਅਲਟੀਮੇਟਲੀ ਸਾਨੂੰ ਇਹ ਰਾਹਤ ਚਾਹੀਦੀ ਸੀ ਸੋ ਸੁਪਰੀਮ ਕੋਰਟ ਵੱਲੋਂ ਆਪਣੇ ਆਰਡਰ ਦੇ ਵਿੱਚ ਇਹ ਸਰਟੀਫਿਕੇਟ ਸਾਨੂੰ ਇਹ ਫਿਲਮ ਦੇ ਲਈ ਮਿਲਿਆ ਹੈ ਤੇ ਉਹ ਅਸੀਂ ਹੁਣ ਇਹ ਫਿਲਮ ਨੂੰ ਇਹ ਸਰਟੀਫਿਕੇਟ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ ਤੇ ਮੈਂ ਇਹ ਜਾਣਨਾ ਚਾਹਾਂਗਾ ਕਿ ਫਿਲਮ ਦੇ ਵਿੱਚੋਂ ਕੁਝ ਸੀਨ ਵੀ ਕੱਟਣ ਨੂੰ ਕਿਹਾ ਗਿਆ ਕਿ ਜਿਸ ਤਰ੍ਹਾਂ ਫਿਲਮ ਤੁਸੀਂ ਪ੍ਰੀਮੀਅਰ 'ਚ ਵਿਖਾਈ ਸੀ ਉਸ ਤਰ੍ਹਾਂ ਹੀ ਇਹਨੂੰ ਰਿਲੀਜ਼ ਕੀਤਾ ਜਾਏਗਾ ਕੋਈ ਸੀਨ ਨਹੀਂ ਕੱਟਿਆ ਗਿਆ ਜੀ ਕੋਈ ਕਮੇਟੀ ਨੇ ਰਿਕਮੈਂਡ ਵੀ ਨਹੀਂ ਕੀਤਾ ਕਿ ਕੋਈ ਸੀਨ ਇਹਦੇ ਵਿੱਚ ਇਤਰਾਜ਼ਯੋਗ ਹੈ ਜਾਂ ਕੱਟਣਯੋਗ ਹੈ ਜੋ ਸਾਡੀ ਫਿਲਮ ਐਜ਼ ਇਟ ਇਜ਼ ਪਾਸ ਹੋਈ ਸੀ ਜੋ ਪ੍ਰੀਵਿਊ ਤੁਸੀਂ ਦੇਖਿਆ ਸੀ ਨikhil ਡੇ ਐਂਡ ਨਾਈਟ ਦੇ ਬਾਕੀ ਮੈਂਬਰਸ ਨੇ ਵੀ ਐਂਡ ਬਾਕੀ ਮੀਡੀਆ ਐਂਡ ਸਾਡੇ ਫਰੈਂਡਸ ਨੇ ਚੰਡੀਗੜ੍ਹ ਦੇ ਮਨੀ ਮਾਜਰਾ ਵਿੱਚ ਉਹੀ ਫਿਲਮ ਐਜ਼ ਇਟ ਇਜ਼ ਪਾਸ ਹੋ ਰਹੀ ਹੈ ਸਿਰਫ ਉਹਦੀ ਜਿਹੜੀ ਸਰਟੀਫਿਕੇਸ਼ਨ ਸੀ ਅਨਰੈਸਟ੍ਰਿਕਟਡ ਸਰਟੀਫਿਕੇਸ਼ਨ ਜਿਹੜੀ ਸੀਗੀ ਯੂ ਉਹਨੂੰ ਇਹਨਾਂ ਨੇ ਅਡਲਟ ਵਿਊਇੰਗ ਕਰ ਦਿੱਤਾ ਸੋ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਵੀ ਵਿਲ ਗੋ ਹੈਡ ਵਿਦ ਦ ਰਿਲੀਜ਼ ਐਸ ਸੂਨ ਐਸ ਪੋਸੀਬਲ ਤੇ ਕਦ ਇਹਨੂੰ ਰਿਲੀਜ਼ ਕਰਨ ਦਾ ਪਲਾਨ ਹੈ ਸਿੱਧੂ ਸਾਹਿਬ ਇਹ ਅਸੀਂ ਆਪਣੇ ਡਿਸਟ੍ਰੀਬਿਊਟਰਸ ਦੇ ਨਾਲ ਐਂਡ ਐਗਜ਼ੀਬਿਟਰਸ ਦੇ ਨਾਲ ਡਿਸਕਸ਼ਨ ਕਰ ਰਹੇ ਹਾਂ ਹੁਣੇ ਅਸੀਂ ਆਪਣੇ ਉਹਨਾਂ ਕੋਲ ਪੁੱਛ ਕੇ ਸਿਨੇਮਾਸ ਦੀ ਅਵੇਲੇਬਿਲਟੀ ਜਾਣ ਕੇ ਤੇ ਅਸੀਂ ਇਹਦੀ ਡੇਟ ਜਲਦੀ ਅਨਾਉਂਸ ਕਰਾਂਗੇ ਚਲੋ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਜਿਹੜੀ ਲੜਾਈ ਸੀ ਜਿਹੜੇ ਹੱਕ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਹੱਕ ਤੁਹਾਨੂੰ ਫਾਈਨਲੀ ਮਿਲ ਗਿਆ ਬਿਲਕੁਲ ਜੀ ਇਹ ਫਰੀਡਮ ਆਫ ਐਕਸਪ੍ਰੈਸ਼ਨ ਦੀ ਅਲਟੀਮੇਟਲੀ ਜਿੱਤ ਹੋਈ ਆ ਐਂਡ ਨੋ ਡਾਊਟ ਸਾਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਹੋਈ ਹੈ ਇਸ ਹੱਕ ਨੂੰ ਹਾਸਲ ਕਰਨ ਲਈ ਪਰ ਸਾਨੂੰ ਲੱਗਦਾ ਹੈ ਕਿ ਇੱਕ ਲੈਂਡਮਾਰਕ ਇੱਕ ਹਿਸਟੋਰੀਕਲ ਡਿਸੀਜਨ ਹੋਇਆ ਹੈ ਤੇ ਸਾਡੇ ਤੋਂ ਬਾਅਦ ਬਹੁਤ ਸਾਰੇ ਜਦੋਂ ਪ੍ਰੋਡਿਊਸਰ ਆਉਣਗੇ ਉਹਨਾਂ ਨੂੰ ਇੰਨੀ ਜ਼ਿਆਦਾ ਖੱਜਲ ਖੁਆਰੀ ਨਹੀਂ ਹੋਊਗੀ 8-9 ਮਹੀਨੇ ਸਾਡੇ ਲੱਗੇ ਨੇ ਪਹਿਲਾਂ ਅਸੀਂ ਸੈਂਸਰ ਬੋਰਡ ਦੇ ਧੱਕੇ ਖਾਂਦੇ ਰਹੇ ਫਿਰ ਅਸੀਂ ਕੋਰਟਾਂ ਦੇ ਧੱਕੇ ਖਾਂਦੇ ਰਹੇ ਪਰ ਅਲਟੀਮੇਟਲੀ ਜਿਹੜਾ ਐਂਡ ਡਿਸੀਜਨ ਹੋਇਆ ਜਿਹੜਾ ਜਸਟਿਸ ਮਿਲਿਆ ਹੈ ਸਾਨੂੰ ਜਿਹੜੀ ਸੱਚਾਈ ਦੀ ਜਿੱਤ ਹੋਈ ਹੈ ਉਹਦੇ ਨਾਲ ਸਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਖੁਸ਼ੀ ਹੋਊਗੀ ਕਿਉਂਕਿ ਇਹ ਇੱਕ ਲੈਂਡਮਾਰਕ ਡਿਸੀਜਨ ਹੈ ਅੱਗੇ ਤੋਂ ਕਿਸੇ ਨਾਲ ਇਸ ਤਰ੍ਹਾਂ ਧੱਕਾ ਨਹੀਂ ਹੋਊਗਾ ਦੈਟਸ ਵਾਟ ਵੀ ਫੀਲ ਥੈਂਕ ਯੂ ਵੈਰੀ ਮੱਚ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦੇਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।